ਪੰਜਾਬੀ ਰੇਡੀਓ ਯੂਐਸਏ ਸੌਂ ਰਹੇ ਸਾਰੇ ਹਿਮਾਂ ਜੋਗ ਤੇ ਸਤਿਕਾਰ ਸੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਗੀ ਜਹੀ ਸਤ ਸ੍ਰੀ ਅਕਾਲ ਸਭ ਨੂੰ ਜੀ ਆਨਿ ਆਖਦੇ ਆ। ਸੋਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਗਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਲ ਮੀਤ ਸਿੰਘ ਫਰੈਜ਼ਨੋ ਸਟੂਡੀਓਸ ਤੋਂ ਮੇਨ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਜੀ ਆਨਿ ਸਵਾਗਤ ਹੈ ਸਤ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਜੀ ਐਨ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀਐਨ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤੇਓ ਅੱਜ 8 ਅਗਸਤ ਦੀ 6 ਤਰੀਕ ਆ ਦਿਨ ਸ਼ੁੱਕਰਵਾਰ ਆ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਨੂੰ ਉਹਨਾਂ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ ਮਨਜੀਤ ਸਿੰਘ ਨਿੰਦਕਰ ਖਲਰ ਨਛੱਤਰ ਸਿੰਘ ਸੰਗਾ ਅਵਤਾਰ ਸਿੰਘ ਮੰਜਿਲ ਕਲੋਵਿਸ ਅਮਰਜੀਤ ਸਿੰਘ ਸਟਾਕਟਨ ਅਮਰਜੀਤ ਸਿੰਘ ਬੈਂਸ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂ ਯੂਬਸਿਟੀ ਹਰਵਿੰਦਰ ਸਿੰਘ ਡੀਓਲ ਸਟਾਕਟਨ ਪਰਮਜੀਤ ਸਿੰਘ ਡੀਓਲ ਫਰੇਜ਼ਨੋ ਲਖਬੀਰ ਸਿੰਘ ਸਮਰਾ ਟੈਕਸਸ ਕਮਲਜੀਤ ਸਿੰਘ ਮੱਖਣ ਦولتਪੁਰੀਆ ਸਟਾਕਟਨ ਗੁਰਪਾਲ ਸਿੰਘ ਸੰਧੂ ਸਿਟਰ ਸਾਈਡ ਮੇਜਰ ਸਿੰਘ ਸਿੱਧੂ ਬੇਕਰਸਫੀਲਡ ਮੇਜਰ ਸਿੰਘ ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟ੍ਰੱਕ ਸਟਾਪ ਬਰਨਸ ਵਾਇਓ ਮਹਿੰਗੇ ਨਾ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਆ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087026798 ਦੇ ਉੱਤੇ ਜੀ ਅੱਜ ਦੀਆਂ ਖਬਰਾਂ ਬਲਾਈਏ ਇੱਕ ਜਿਹੜੀ ਬੀਬੀ ਆ ਜਿਸ ਨੇ ਗਵਰਨਰ ਐਂਡਰਿਓ ਕੋਮੋ ਨੂੰ ਜਿਹੜਾ ਆ ਗਰੂਪਿੰਗ ਚਾਰजेस ਦੇ ਵਿੱਚ ਸੈਕਸ਼ੂਅਲ ਹਰਾਸਮੈਂਟ ਦੇ ਵਿੱਚ ਜਿਹੜਾ ਕਿਹਾ ਆ ਉਸਨੇ ਜਿਹੜੀ ਕ੍ਰਿਮੀਨਲ ਕੰਪਲੇਂਟ ਆ ਉਹੋ ਫਾਈਲ ਕਰ ਦਿੱਤੀ ਹੈਗੀ ਆ ਗਵਰਨਰ ਦੇ ਅਗੇਂਸਟ ਜੀ ਬਿਲਕੁਲ ਸੋ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਆ ਹੁਣ ਗਵਰਨਰ ਕੁਮੋ ਦੀ ਜਿਹੜੀ ਹੋਵੇਗੀ ਆਲਰੇਡੀ ਜਿਹੜੇ ਇਹਨਾਂ ਦੇ ਕੋਲ ਹੁਣ ਥੋੜਾ ਵਕਤ ਜਿਹੜਾ ਰਿਹਾ ਆ ਹੁਣ ਬਹੁਤ ਸਾਰੇ ਹੋਰ ਡਿਸਟ੍ਰਿਕਟ ਅਟਾਰਨੀਜ਼ ਨੇ ਇਹਨਾਂ ਦੇ ਬਾਬਤ ਜਿਹੜੇ ਇਹਨਾਂ ਦੇ ਜਵਾਬ ਮੰਗੇ ਆ ਤੇ ਜਿਹੜੀਆਂ ਨਾਲ ਦਸਤਾਵੇਜ਼ ਆ ਜੀਆਂ ਜਿਹੜੇ ਹੈਗੇ ਨੇ ਐ ਐਵੀਡੈਂਸ ਉਹਨਾਂ ਦੀ ਜਿਹੜੀ ਉਹ ਮੰਗ ਕੀਤੀ ਹੈਗੀ ਆ ਅ ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਲੀਬਾਨ ਜਿਹੜਾ ਉਹ ਲਗਾਤਾਰ ਹੁਣ ਆਪਣਾ ਕਬਜ਼ਾ ਹੈ ਅਫਗਾਨਿਸਤਾਨ ਦੇ ਉੱਤੇ ਵਧਾਉਂਦਾ ਜਾ ਰਿਹਾ ਹੈਗਾ ਉਹਨਾਂ ਨੇ ਅਫਗਾਨਿਸਤਾਨ ਦੇ ਸਰਕਾਰੀ ਜਿਹੜਾ ਇੱਕ ਬੋਲਣ ਵਾਲਾ ਸਪੋਕਸਪਰਸਨ ਸੀਗਾ ਉਸ ਨੂੰ ਕਹਿੰਦੇ ਆ ਵੀ ਉਹ ਮਾਰ ਦਿੱਤਾ ਹੈਗਾ ਆ ਇਹ ਜਿਹੜੀ ਪ੍ਰੋਵਿੰਸ਼ਨਲ ਕੈਪੀਟਲ ਸੀਗੀ ਜਿਹੜੀ ਆ ਉਸ ਨੂੰ ਰਾਜਧਾਨੀ ਨੂੰ ਵੀ ਕਹਿੰਦੇ ਆ ਵੀ ਉਹਨਾਂ ਨੇ ਹੁਣ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ ਸੋ ਇਹ ਬਹੁਤ ਤੇਜ਼ੀ ਦੇ ਨਾਲ ਜਿਹੜਾ ਹੈ ਅਫਗਾਨਿਸਤਾਨ ਦੇ ਉੱਤੇ ਇਹਨਾਂ ਦਾ ਕਬਜ਼ਾ ਹੈ ਮੁੜ ਕੇ ਜਿਹੜਾ ਉਹ ਵਧਦਾ ਜਾ ਰਿਹਾ ਹੈ ਅਮਰੀਕਾ 20 ਸਾਲ ਉੱਥੇ ਲਾ ਕੇ ਆਇਆ ਹੈ ਪਰ ਇੱਕ ਸਥਿਰ ਸਰਕਾਰ ਜਿੰਨਾ ਚਿਰ ਤਾਂ ਉਹਨਾਂ ਦੀ ਸਪੋਰਟ ਸੀਗੀ ਉਹਨਾਂ ਚਿਰ ਤਾਂ ਚਲੋ ਉਹ ਕੰਮ ਚਲਾਉ ਕੰਮ ਜਿਹੜੇ ਉਹ ਚੱਲਦੇ ਰਹੇ ਹੁਣ ਜਿੱਦਾਂ ਹੀ ਉੱਥੋਂ ਇਹ ਬਾਹਰ ਆਏ ਨੇ ਤਾਂ ਬਿਲਕੁਲ ਜਿਹੜਾ ਆ ਹੱਥੋਂ ਬਾਹਰ ਜਿਹੜੀ ਉਹ ਕੱਲ ਹੁੰਦੀ ਜਾ ਰਹੀ ਹੈਗੀ ਆ ਸੋ ਇਹਨਾਂ ਨੇ ਤਾਲਿਬਾਨੀਆਂ ਨੇ ਆਪਣਾ ਜਿਹੜਾ ਕਹਿੰਦੇ ਵੀ ਸਮਝੌਤਾ ਚੀਨ ਦੇ ਨਾਲ ਵੀ ਜਿਹੜਾ ਉਹ ਕਰ ਰਹੇ ਆ 인ਫਰਾਸਟ੍ਰਕਚਰ ਨੂੰ ਜਿਹੜਾ ਆ ਉਹ ਸਟਰੋਂਗ ਕਰਨ ਦੇ ਲਈ ਉਧਰ ਤਜਿਕਿਸਤਾਨ ਹੁਣ ਉਸ ਤੇ ਜਿਹੜਾ ਗਵੰਡੀ ਮੁਲਕ ਆ ਉਸ ਦੇ ਉੱਤੇ ਜਿਹੜੀਆਂ ਬਹੁਤ ਸਾਰੇ ਮੁਲਕਾਂ ਦੀਆਂ ਨਜ਼ਰਾਂ ਹੈਗੀਆਂ ਵੀ ਅਫਗਾਨਿਸਤਾਨ ਦੇ ਉੱਤੇ ਕੰਟਰੋਲ ਰੱਖਣ ਦੇ ਲਈ ਉਥੇ ਕਿੱਦਾਂ ਜਿਹੜਾ ਉਹ ਜਾਇਆ ਜਾ ਸਕੇ ਤਜਿਕਿਸਤਾਨ ਨੇ ਅਮਰੀਕਾ ਨੂੰ ਅੱਖਾਂ ਜਿਹੜੀਆਂ ਆਲਰੇਡੀ ਦਿਖਾਈਆਂ ਨੇ ਇਹ ਗੂਟਨੀਤਿਕ ਤੌਰ ਦੇ ਉੱਤੇ ਕਾਫੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਫੋਰਨ ਪੋਲਿਸੀ ਦੇ ਲਈ ਬਾਈਡਨ ਪ੍ਰਸ਼ਾਸਨ ਦੇ ਲਈ ਕਾਫੀ ਚੈਲੈਂਜ ਜਿਹੜਾ ਆ ਉਹ ਸਾਹਮਣੇ ਹੈਗਾ ਆ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਜਿਹੜਾ ਜੁਲਾਈ ਦੀਆਂ ਰਿਪੋਰਟਸ ਆਈਆਂ ਹੈਗੀਆਂ ਅਨਪਲਾਈਮੈਂਟ ਦੇ ਸਬੰਧ ਦੇ ਵਿੱਚ ਉਹ ਕਾਫੀ ਸਟਰੋਂਗ ਆਈਆਂ ਭਈ ਲਗਭਗ 1 ਮਿਲੀਅਨ ਦੇ ਕਰੀਬ ਲੋਕਾਂ ਨੇ 943000 ਲੋਕਾਂ ਨੇ ਮੁੜ ਕੇ ਜਿਹੜੀ ਆ ਜੌਬਸ ਜੁਆਇਨ ਕਰ ਲਈਆਂ ਹੈਗੀਆਂ ਸੋ ਇੰਨੀਆਂ ਜੌਬਸ ਐਡ ਹੋਈਆਂ ਸੋ ਦੇ ਸਬੰਧ ਦੇ ਵਿੱਚ ਇਹ ਕਿਹਾ ਹੈ ਵੀ ਸਾਡਾ ਜੋ ਕਰ ਰਹੇ ਆ ਉਹ ਬਿਲਕੁਲ ਵਧੀਆ ਕੰਮ ਜਿਹੜਾ ਚੱਲ ਰਿਹਾ ਹੈਗਾ ਹੈ ਨੈਂਸੀ ਪਲੋਸੀ ਨੇ ਵੀ ਇਹਦੇ ਸਬੰਧ ਦੇ ਵਿੱਚ ਕਿਹਾ ਵੀ ਜਿਹੜੀ ਰਿਪੋਰਟ ਆਈ ਹੈ ਇਹ ਬਹੁਤ ਹੀ ਗੁੱਡ ਹੈਗੀ ਆ ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈਗੀ ਆ ਜੀ ਬਿਲਕੁਲ ਸੋ ਇਕਨੋਮੀ ਜਿਹੜੀ ਕਹਿੰਦੇ ਆ ਵੀ ਅੱਗੇ ਵੱਲ ਨੂੰ ਜਿਹੜੀ ਉਹ ਹੁਣ ਵੱਧ ਰਹੀ ਹੈਗੀ ਆ ਜਿਹੜੇ ਡਿਸੈਂਟਸ ਨੇ ਫਲੋਰੀਡਾ ਦੇ ਗਵਰਨਰ ਉਹਨਾਂ ਦੇ ਸੂਬੇ ਦੇ ਵਿੱਚ ਲਗਾਤਾਰ ਫਲੋਰੀਡਾ ਦੇ ਵਿੱਚ ਜਿਹੜੇ ਪੀੜਤ ਹੋ ਰਹੇ ਨੇ ਕੋਵਿਡ ਦੇ ਕਰਕੇ ਡੈਲਟਾ ਵੇਰੀਐਂਟ ਦੇ ਕਰਕੇ ਉਸਤੇ ਕਰਕੇ ਜਿਹੜੇ ਇਲਾਜ ਹੋ ਰਹੇ ਲੋਕਾਂ ਦੀ ਜਿਹੜੀ ਸੰਖਿਆ ਉਹ ਵੱਧ ਰਹੀ ਆ ਰਿਕਾਰਡ ਤੋੜ ਕੇ ਕਹਿੰਦੇ ਆ ਵੀ ਉਹ ਹੋ ਰਹੇ ਆ ਤੇ ਪਰ ਜਿਹੜੇ ਰੌਂਡ ਡਿਸੈਂਟਸ ਆ ਉਹ ਆਪਣੀ ਹੈਂਡਸ ਆਫ ਕੋਵਿਡ ਅਪਰੋਚ ਕਹਿੰਦੇ ਆ ਵੀ ਉਹ ਰੱਖ ਰਹੇ ਆ 12000 ਜਿਹੜੇ ਆ ਨਵੇਂ ਹਸਪਤਾਲ ਦੇ ਵਿੱਚ ਜਿਹੜੇ ਦਾਖਲ ਆ ਉਹ ਹੋਏ ਨੇ ਫਲੋਰੀਡਾ ਦੇ ਵਿੱਚ ਪਿਛਲੇ ਜਿਹੜੇ ਉਹ ਹਫਤੇ ਦੇ ਵਿੱਚ ਤੇ ਕਹਿੰਦੇ ਵੀ ਵੀਕਐਂਡ ਦੇ ਹਿਸਾਬ ਦੇ ਨਾਲ ਜੇ ਉਹ ਦੇਖਿਆ ਜਾਵੇ ਤਾਂ ਕਾਫੀ ਜਿਹੜਾ ਰਿਕਾਰਡ ਤੋੜ ਸੀਗਾ ਸੁਪਰਲਿਡਾ ਦੇ ਗਵਰਨਰ ਰੌਨ ਡਿਸੈਂਟਰਸ ਜਿਹੜੇ ਆ ਉਹ ਵੀ ਕਹਿੰਦੇ ਵੀ ਕਾਫੀ ਇਸ ਤੋਂ ਨਰਾਸ਼ ਵੀ ਜਿਹੜੇ ਉਹ ਨਜ਼ਰ ਆਏ ਆ ਪਰ ਉਹਨਾਂ ਨੇ ਇਸ ਚੀਜ਼ ਨੂੰ ਫਿਰ ਜਿਹੜਾ ਉਹ ਦੁਹਰਾਇਆ ਹੈਗਾ ਆ ਵੀ 마ਸਕ ਨੂੰ ਉਹਨਾਂ ਨੇ ਫੇਰ ਕ੍ਰਿਟਿਕਾਈਜ਼ ਕੀਤਾ ਵੀ 마ਸਕ ਪਾਉਣ ਦਾ ਫਾਇਦਾ ਨਹੀਂ ਤੇ ਕਹਿੰਦੇ ਵੀ ਨਾਲ ਹੀ ਉਹਨਾਂ ਨੇ ਹੁਣ ਇਹ ਵੀ ਪਲਾਨ ਬਣਾਇਆ ਵੀ ਜਿਹੜਾ 마ਸਕ ਮੈਂਡੇਟ ਦੇ ਉੱਤੇ ਇਹਨਾਂ ਨੇ ਬੈਨ ਲਾਇਆ ਸੀਗਾ ਉਸ ਨੂੰ ਕਿਦਾਂ ਇਨਫੋਰਸ ਕਰਨਾ ਹੈ ਲੋਕ ਉੱਥੇ ਮਰ ਰਹੇ ਨੇ ਪਤਿਆਂ ਵਾਂਗੂ ਝਟ ਰਹੇ ਨੇ ਤੇ ਇਸ ਬੰਦੇ ਨੂੰ ਜਿਹੜਾ ਆ ਵੀ 마ਸਕ ਜਿਹੜਾ ਆ ਉਹ ਆਪਾਂ ਪਾਉਣਾ ਨਹੀਂ ਹੈ ਤੇ ਕਹਿੰਦੇ ਵੀ ਇਨਫੈਕਟ ਇੱਕ ਵੀਕ ਦੇ ਵਿੱਚ ਵਿੱਚ ਇਸ ਦੀ ਜਿਹੜੀ ਅਪਰੂਵਲ ਰੇਟਿੰਗ ਆ ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਗ੍ਰਾਵਰਟਫੁਲ ਰੀਡਰ ਦੇ ਵਿੱਚ ਜਿਹੜੀ ਉਹ ਦੇਖੀ ਆ ਗਈ ਹੈਗੀ ਸੋ ਸਥਿਤੀ ਜਿਹੜੀ ਆ ਉਹ ਕਾਫੀ ਹੱਥੋਂ ਬਾਹਰ ਜਿਹੜੀ ਇਦਾਂ ਲੱਗਦਾ ਸੋਡੀਡਾ ਦੇ ਵਿੱਚ ਹੁੰਦੀ ਜਾ ਰਹੀ ਆ ਜੀ ਅਗਲੀ ਖਬਰ ਅੱਗ ਜਿਹੜੀ ਲੱਗੀ ਹੋਈ ਆ ਉਹਦੇ ਸਬੰਧ ਦੇ ਵਿੱਚ ਆ ਹੁਣ ਕੈਲੀਫੋਰਨੀਆ ਦੇ ਵਿੱਚ ਜਿਹੜੀ ਵਾਈਲਡ ਫਾਇਰ ਹੈਗੀ ਆ ਉਹ 3rd ਲਾਰਜੇਸਟ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਇਹ ਵਾਈਲਡ ਫਾਇਰ ਹੋ ਗਈ ਹੈ ਡੈਕਸੀ ਫਾਇਰ ਜਿਹੜੀ ਕਿ ਹੁਣ 110 ਸਕੁਅਰ ਮਾਈਲ ਦੇ ਵਿੱਚ ਫੈਲੀ ਹੋਈ ਹੈਗੀ ਆ ਸਿਰਫ 35% ਜਿਹੜੀ ਆ ਅੱਜ ਸਵੇਰ ਤੱਕ ਕੰਟੇਨ ਕੀਤੀ ਗਈ ਆ ਪਰ ਸਿਚੁਏਸ਼ਨ ਬਹੁਤ ਬੁਰੀ ਆ ਇੱਕ ਪੂਰੇ ਦਾ ਪੂਰਾ ਟਾਊਨ ਗ੍ਰੀਨਵਿਲ ਜਿਹੜਾ ਆ ਉਹ ਸੜ ਕੇ ਸੁਆਹ ਹੋ ਗਿਆ ਸਾਰੇ ਘਰ ਉੱਥੇ ਇੱਕ ਗੈਸ ਸਟੇਸ਼ਨ ਸੀ ਰੈਸਟੋਰੈਂਟ ਹੋਟਲ ਸਾਰਾ ਕੁਝ ਉਦਾਂ ਦੀਆਂ ਹੀ ਪਿਕਚਰ ਸ਼ੋ ਹੋ ਰਹੀਆਂ ਜਿਸ ਤਰ੍ਹਾਂ ਦੀਆਂ ਅੱਜ ਤੋਂ ਕੁਝ ਸਾਲ ਪਹਿਲਾਂ ਸੈਂਟਾ ਰੋਜ਼ਾ ਦੇ ਵਿੱਚ ਜਿਹੜੀ ਫਾਇਰ ਆਈ ਸੀਗੀ ਤੇ ਪੈਰਾਡਾਈਸ ਦੇ ਵਿੱਚ ਆਈ ਸੀ ਉਸ ਤਰ੍ਹਾਂ ਹੀ ਜਿਹੜਾ ਆ ਬੜੇ ਡਰਾਵਣੇ ਜਿਹੜੇ ਸੀਨ ਉੱਥੋਂ ਦਿਖ ਰਹੇ ਆ ਸਾਰੇ ਲੋਕਾਂ ਨੂੰ ਉੱਥੋਂ ਵੈਕੂਏਟ ਕੀਤਾ ਗਿਆ ਸੋ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ ਆ ਹੁਣ ਜਿਹੜੀ ਕਾਲਫੈਕਸ ਇੱਕ ਟਾਊਨ ਹੈਗਾ ਆ ਉਹਦੇ ਲਾਗੇ ਵੀ ਜਿਹੜੀ ਫਾਇਰ ਆ ਇਹ 2000 ਲੋਕਾਂ ਦੀ ਪੋਪੂਲੇਸ਼ਨ ਵਾਲਾ ਹੈਗਾ ਆ ਉੱਥੇ ਵੀ ਜਿਹੜੀ ਬਹੁਤ ਜ਼ਿਆਦਾ ਫੈਲੀ ਹੋਈ ਆ ਜੇ ਕੈਲੀਫੋਰਨੀਆ ਦਾ ਮੈਪ ਦੇਖੋ ਤੇ ਬਹੁਤ ਜਗ੍ਹਾ ਦੇ ਉੱਤੇ ਜਿਹੜੀਆਂ ਆ ਅੱਗਾਂ ਲੱਗੀਆਂ ਹੋਈਆਂ ਹੈਗੀਆਂ ਜੀ ਜੀ ਅ ਯੂਨਾਈਟਿਡ 에어ਲਾਈਨਸ ਪਹਿਲੀ ਡੋਮੈਸਟਿਕ 에어ਲਾਈਨ ਬਣੀ ਆ ਜਿਨ੍ਹਾਂ ਨੇ ਕਿਹਾ ਵੀ ਆਪਣੇ ਸਾਦੇ ਸਾਰੇ ਜਿਹੜੇ ਤਕਰੀਬਨ ਇਹਨਾਂ ਦੇ 67000 ਯੂਐਸ ਦੇ ਐਮਪਲੋਇਜ਼ ਆ ਬੀ ਤੁਹਾਨੂੰ ਵੈਕਸੀਨੇਸ਼ਨ ਜਿਹੜੀਆਂ ਉਹ ਲਵਾਉਣੀਆਂ ਲਾਜ਼ਮੀ ਹੋਣਗੀਆਂ ਇਹ ਇਹਨਾਂ ਨੇ ਜਿਹੜਾ ਫੈਸਲਾ ਦਿੱਤਾ ਹੈ ਸੀਈਓ ਜਿਹੜੇ ਉਹਨਾਂ ਦੇ ਸਕਾਟ ਕਰਬੀਆ ਉਹਨਾਂ ਨੇ ਜਨਵਰੀ ਦੇ ਵਿੱਚ ਪਹਿਲਾਂ ਹੀ ਇਹ ਆਖਿਆ ਸੀਗਾ ਵੀ ਮੈਂ ਚਾਹੁੰਦਾ ਹਾਂ ਵੀ ਸਾਡੇ ਜਿਹੜੇ ਆ ਜਿਹੜੇ ਵੈਕਸੀਨ ਮੰਡੇਟ ਆ ਉਹ ਹੋਵੇ ਤੇ ਉਹਨਾਂ ਨੇ ਇਹ ਵੀ ਸਲਾਹ ਦਿੱਤੀ ਸੀ ਬਾਕੀ ਕੰਪਨੀਆਂ ਨੂੰ ਵੀ ਭਾਈ ਤੁਸੀਂ ਵੀ ਜਿਹੜਾ ਆ ਉਹ ਇਦਾਂ ਹੀ ਜਿਹੜਾ ਉਹ ਕਰੋ ਕਹਿੰਦੇ ਵੀ ਇਸ ਦੇ ਚੱਲਦੇ ਹੁਣ ਜਿਹੜੇ ਉਹਨਾਂ ਦੇ ਰਾਈਵਲਸ ਆ ਉਨ੍ਹਾਂ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੋ ਸਕਦੀ ਐ এমਪਲਾਈਜ਼ ਕਹਿੰਦੇ ਆ ਵੀ ਆਪਣੇ ਆਪ ਨੂੰ ਵੈਕਸੀਨੇਟ ਜਿਹੜਾ ਉਹ ਕਰਵਾਣ ਪੰਜਾ ਹਫ਼ਤਿਆਂ ਦੇ ਵਿਚ ਵਿੱਚ ਜਦ FDA ਦੇ ਦੁਆਰਾ ਜਿਹੜਾ ਫੁੱਲੀ ਅਪਰੂਵਲ ਆ ਕੋਵਿਡ ਵੈਕਸੀਨ ਨੂੰ ਜਿਹੜਾ ਆ ਉਹ ਮਿਲ ਜਾਵੇ ਤੇ ਜਿਹੜਾ 20 ਸਪਟੰਬਰ ਨੂੰ ਕਹਿੰਦੇ ਆ ਵੀ ਆਉਣ ਦੀ ਜਿਹੜੀ ਉਹ ਉਮੀਦ ਹੈਗੀ ਆ ਜਾਂ ਜਿਹੜਾ ਵੀ ਦੇਣ ਜਿਹੜਾ ਉਹ ਪਹਿਲਾਂ ਜਿਹੜਾ ਉਹ ਬਣਦਾ ਹੈਗਾ ਸੋ ਇਹਨਾਂ ਨੇ ਜਿਹੜਾ ਇਹ ਹੁਣ ਐਲਾਨ ਕਰ ਦਿੱਤਾ 67000 ਲੋਕਾਂ ਨੂੰ ਜਿਹੜਾ ਆ ਵੈਕਸੀਨ ਜਿਹੜਾ ਉਹ ਲਗਵਾਉਣਾ ਹੀ ਪਵੇਗਾ ਜੀ ਉਸ ਕੰਪਨੀ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਆ ਡੈਲਟਾ 에ਅਰਲਾਈਨਸ ਵੀ ਕਹਿੰਦੇ ਆ ਵੀ ਆਪਣੇ ਜਿਹੜੇ ਮਈ ਮਹੀਨੇ ਦੇ ਵਿੱਚ ਉਹਨਾਂ ਨੇ ਰਿਕੁਆਇਰ ਕਰ ਦਿੱਤਾ ਸੀ ਵੀ ਜਿਹੜੇ ਵੀ ਨਵੇਂ এমਪਲੋਈ ਹਾਇਰ ਹੋ ਰਹੇ ਆ ਵੀ ਉਹਨਾਂ ਸਾਰਿਆਂ ਨੂੰ ਵੈਕਸੀਨੇਸ਼ਨ ਦਾ ਪ੍ਰੂਫ ਜਿਹੜਾ ਆ ਉਹ ਦਿਖਾਉਣਾ ਪਾਵੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆ ਉਹ ਕਰ ਦਿੱਤਾ ਹੈ ਫੇਸਬੁੱਕ ਨੇ ਵੀ ਅਨਾਉਂਸ ਕੀਤਾ ਸੀਗਾ ਵੀ ਜਿਹੜੇ ਲੋਕ ਫੁਲੀ ਵੈਕਸੀਨੇਟ ਨੇ ਉਹੀ ਕੰਮ ਦੇ ਲਈ ਵਾਪਸ ਆ ਸਕਦੇ ਆ ਵਾਲਮਾਰਟ ਨੇ ਵੀ ਜਿਹੜਾ ਹੁਆਖ ਦਿੱਤਾ ਆਪਣੇ ਸਾਰੇ EMPLOYEES ਨੂੰ ਵੀ ਤੁਹਾਨੂੰ ਜਿਹੜਾ ਆਈ ਥਿੰਕ 2 ਅਕਤੂਬਰ ਤਾਈਂ ਇੱਥੇ ਤੱਕ ਉਹਨਾਂ ਨੇ ਸਮਾਂ ਦਿੱਤਾ ਹੈ ਵੀ ਸਾਰੇ ਕਾਰਪੋਰੇਟ ਸਟਾਫ ਨੂੰ ਜਿਹੜਾ ਰਿਕੁਆਇਰਮੈਂਟ ਜਿਹੜੀ ਉਹ ਹੋਊਗੀ ਟਾਈਸਨ ਫੂਡ ਨੇ ਆਪਣੇ ਜਿਹੜੇ ਸਵਾ ਲੱਖ EMPLOYEES ਹੈਗੇ ਆ ਯੂ ਐਸ ਦੇ ਵਿੱਚ ਉਹਨਾਂ ਨੂੰ ਇਸ ਸਾਲ ਦੇ ਵਿੱਚ ਵਿੱਚ ਫੁਲੀ ਵੈਕਸੀਨੇਟ ਹੋਣ ਦੇ ਲਈ ਜਿਹੜਾ ਉਹ ਆਖ ਦਿੰਦਾ ਹੈ ਸੋ ਜਿੰਨੀਆਂ ਵੀ ਪ੍ਰਾਈਵੇਟ ਕੰਪਨੀਆਂ ਆ ਉਹ ਇਸ ਰਾਹ ਦੇ ਉੱਤੇ ਜਿਹੜੀਆਂ ਰਾਈਟ ਨਾਉ ਤੁਰ ਪਈਆਂ ਨੇ ਜੀ ਅਗਲੀ ਰਿਪੋਰਟ ਰਾਜਕਨਵੀਰ ਸਿੰਘ ਜੀ ਬੜੀ ਹੈਰਾਨੀਜਨਕ ਹੈ ਇੰਗਲੈਂਡ ਤੋਂ ਕਹਿੰਦੇ ਭਈ ਕੋਵਿਡ 19 ਦੇ ਜਿਨ੍ਹਾਂ ਲੋਕਾਂ ਦੇ ਵੈਕਸੀਨ ਵੀ ਲੱਗੇ ਹੋਏ ਆ ਹੁਣ ਜਿਹੜੀਆਂ ਆਲੀ ਰਿਪੋਰਟਸ ਇਹ ਆ ਰਹੀਆਂ ਉਹਨਾਂ ਨੂੰ ਜਿਹੜਾ ਡੈਲਟਾ ਵੇਰੀਐਂਟ ਵਾਲਾ ਟ੍ਰਾਂਸਮਿਸ਼ਨ ਆ ਉਹ ਹੋ ਸਕਦਾ ਕਹਿੰਦੇ ਭਈ ਚਾਹੇ ਤੁਹਾਡੀ ਵੈਕਸੀਨ ਲੱਗਾ ਚਾਹੇ ਨਹੀਂ ਲੱਗਾ ਤੇ ਤੁਹਾਨੂੰ ਜਿਹੜਾ ਆ ਇਹ ਕਰੋਨਾ ਵਾਇਰਸ ਹੋ ਸਕਦਾ ਹੈ ਇਹ ਜਿਹੜੀਆਂ अर्ਲੀ ਰਿਪੋਰਟਸ ਆਈਆਂ ਆ ਯੂ ਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੋਵੈਂਸ਼ਨ ਨੇ ਵੀ ਇਹ ਜਿਹੜੀਆਂ ਰਿਪੋਰਟਸ ਜਾਰੀ ਕੀਤੀਆਂ ਪਰ ਇੰਗਲੈਂਡ ਦੇ ਵਿੱਚ ਇੱਕ ਜਿਹੜੀ ਸਟੱਡੀ ਹੋਈ ਆ ਉੱਥੋਂ ਇਹ ਰਿਪੋਰਟ ਆਈਆਂ ਹੈਗੀਆਂ ਕਹਿੰਦੇ ਯੂ ਕੇ ਦੇ ਵਿੱਚ 19.55% ਜਿਹੜੇ ਹੈਗੇ ਆ ਲੋਕ ਵੈਕਸੀਨੇਟਡ ਸੀ ਉਹਨਾਂ ਦੇ ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ ਦੁਆਰਾ ਕੀ ਤੇ 34. 9% ਜਿਹੜੇ ਅਨ ਵੈਕਸੀਨੇਟਡ ਸੀ ਉਹਨਾਂ ਨੂੰ ਹੋਇਆ ਹੈਗਾ ਸੋ ਸੋ ਇੱਕ ਵਾਰੀ ਤਾਂ ਫੇਰ ਇਹ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪਈ ਅੱਜ ਕੱਲ ਪਾਰਟੀਆਂ ਛਾਰਟੀਆਂ ਤੇ ਬਹੁਤ ਮੇਲੇ ਜਾਂ ਹੋਰ ਇਕੱਠ ਹੋ ਰਹੇ ਆ ਤੇ ਥੋੜਾ ਜਿਹਾ ਜਿਹੜਾ ਵਿਚਾਰ ਰੱਖੋ ਸੋ ਇਹ ਜਿਹੜੀ ਰਿਪੋਰਟ ਹੈ ਬਹੁਤ ਖਤਰਨਾਕ ਆ ਫੇਰ ਇਹ ਜਿਹੜੇ ਟੀਕਾ ਲੱਗੇ ਤੇ ਵੀ ਜੇ ਤੁਹਾਨੂੰ ਕਰੋਨਾ ਵਾਇਰਸ ਦੁਆਰਾ ਕੀ ਹੋ ਸਕਦਾ ਜੀ ਯੂਕੇ ਵਿੱਚ ਇਸ ਟਾਈਮ ਮੰਗ ਜਿਹੜੀ ਚੱਲ ਰਹੀ ਹੈ ਕਹਿੰਦੇ ਵੀ ਜਿਹੜੇ ਮੋਸਟ ਵਰਨਰੇਬਲ ਜਿਹਦਾ ਖਾਸ ਕਰਕੇ ਬਜ਼ੁਰਗ ਜਾਨ ਉਹ ਜਿਹੜੇ ਹੋ ਸੀਗੇ ਉਹਨਾਂ ਨੂੰ ਤੀਜਾ ਟੀਕਾ ਜਿਹੜਾ ਹੈ ਜਿਨ੍ਹਾਂ ਦੇ ਆਲਰੇਡੀ ਦੋ ਦੋ ਲੱਗੇ ਆ ਜਾਂ ਉੱਥੇ ਤਾਂ ਆਈ ਥਿੰਕ ਇੱਕ ਟੀਕੇ ਵਾਲਾ ਜਿਹੜਾ ਉਹ ਜਿਆਦਾ ਜ਼ੋਰ ਜਿਹੜਾ ਉਸ ਦਾ ਵੀ ਜਿਹੜਾ ਉਹ ਰਿਆ ਸੀਗਾ ਸੋ ਵੀ ਉਹਨਾਂ ਦੇ ਲਈ ਬੂਸਟਰ ਸ਼ਾਟ ਜਿਹੜਾ ਹੈ ਉਸ ਦੀ ਮੰਗ ਹੋ ਰਹੀ ਹੈ WHO ਵਾਲੇ ਕਹਿੰਦੇ ਵੀ ਭਾਈ ਤੁਸੀਂ ਜਿਹੜਾ ਉਹ ਨਾਂ ਹੀ ਜਿਹੜਾ ਉਹ ਲਗਾਇਆ ਜਾਵੇ ਪਰ ਚਲੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬੰਦਾ ਆ ਸੌਕਰ ਤੋਂ ਆ ਰਹੀ ਖਬਰ ਵਰ ਆਪਣੇ ਗਵਾਂਡੀ ਮੁਲਕ ਕੈਨੇਡਾ ਨੇ ਪਹਿਲੀ ਵਾਰੀ ਜਿਹੜੇ ਆ वूਮਨ ਸੌਕਰ ਦੇ ਵਿੱਚ 올림픽ਸ ਦੇ ਵਿੱਚ ਗੋਲਡ ਮੈਡਲ ਜਿਹੜਾ ਉਹ ਜਿੱਤਿਆ ਹੈਗਾ ਸੈਮੀਫਾਈਨਲ ਦੇ ਵਿੱਚ ਆਲਰੇਡੀ ਕੈਨੇਡਾ ਨੇ ਅਮਰੀਕਾ ਨੂੰ ਜਿਹੜਾ ਉਹ ਹਰਾਇਆ ਸੀਗਾ ਤੇ ਫਾਈਨਲ ਦੇ ਵਿੱਚ ਇਹ ਪਹੁੰਚੇ ਸੀਗੇ ਤੇ ਹੁਣ ਕੈਨੇਡਾ ਨੇ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਉਹਨਾਂ ਦੇ ਜਿਹੜਾ 올림픽 골ਡ ਮੈਡਲ ਸੌਕਰ ਦੇ ਵਿੱਚ ਉਹ ਜਿੱਤਿਆ ਹੈਗਾ ਆ ਸੋ ਇਹਨਾਂ ਨੂੰ ਕਹਿੰਦੇ ਆ ਵੀ ਬਹੁਤ ਬਹੁਤ ਜਿਹੜੀ ਆ ਉਹ ਵਧਾਈ ਹੈਗੀ ਆ ਭਾਰਤੀ ਜਿਹੜੀ ਆ ਮਹਿਲਾ ਹਾਕੀ ਟੀਮ ਆ ਉਹ 골ਡ ਮੈਡਲ ਤੋਂ ਵਾਂਝੀ ਰਹਿ ਗਈ ਚੌਥੇ ਨੰਬਰ ਦੇ ਉੱਤੇ ਰਹੀ ਆ ਪਰ ਕੁੜੀਆਂ ਨੇ ਕਹਿੰਦੇ ਆ ਵੀ ਬਹੁਤ ਹੀ ਸ਼ਾਨਦਾਰ ਗੇਮ ਦਾ ਪ੍ਰਦਰਸ਼ਨ ਕਿਤਾ ਜੀ ਅ ਅੱਜ ਡਾਉਜਨ ਇੰਡਸਟਰੀਅਲ ਤੇ ਐਸ ਐਨ ਪੀ ਇੰਡੈਕਸ ਜਿਹੜੇ ਆ ਇਹ ਬਿਲਕੁਲ ਬਹੁਤ ਉੱਪਰ ਗਏ ਹੈਗੇ ਆ ਅ ਰੀਜ਼ਨ ਇਹਦਾ ਇਹੀ ਆ ਕਿ ਜਿਹੜੀ ਜੌਬ ਰਿਪੋਰਟ ਆ ਬਹੁਤ ਸਟਰੋਂਗ ਆਈ ਹੈਗੀ ਆ ਡਾਉਜਨ ਇੰਡਸਟਰੀਅਲ ਇੱਕ ਟਾਈਮ ਦੇ ਉੱਤੇ 160 ਪੁਆਇੰਟ ਦੇ ਕਰੀਬ ਉੱਪਰ ਗਿਆ ਇਸੇ ਤਰ੍ਹਾਂ ਐਸ ਐਨ ਪੀ ਇੰਡੈਕਸ ਵੀ 8 ਪੁਆਇੰਟ ਦੇ ਕਰੀਬ ਉੱਪਰ ਗਿਆ ਹੈਗਾ ਜਿਸ ਜੋਬ ਰਿਪੋਰਟ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਜਿਹੜਾ ਤਕਰੀਬਨ 1 ਮਿਲੀਅਨ ਜੌਬਸ ਜਿਹੜੀਆਂ ਨਵੀਆਂ ਐਡ ਹੋਈਆਂ ਪਿਛਲੇ ਮਹੀਨੇ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਲੈਜਰ ਤੇ ਹੌਸਪੀਟੈਲਿਟੀ ਰੈਸਟੋਰੈਂਟ 바ਰ ਹੋਟਲਜ਼ ਇਹਨਾਂ ਦੇ ਵਿੱਚ ਜਿਹੜੇ ਵਰਕਰਸ ਆ ਉਹ ਸਭ ਤੋਂ ਜ਼ਿਆਦਾ ਆਏ ਨੇ 380000 ਆ ਸੋ 380000 ਜਿਹੜੀਆਂ ਨਵੀਆਂ ਜੌਬਸ ਜੁਲਾਈ ਦੇ ਵਿੱਚ ਉਹਦੇ ਵਿੱਚ ਚੇਂਜ ਹੋਈਆਂ ਸਰਕਾਰੀ ਜੌਬਸ ਦੇ ਵਿੱਚ ਵੀ ਬਹੁਤ ਵਾਧਾ ਹੋਇਆ 240000 ਜਿਹੜੀਆਂ ਨਵੀਆਂ ਜੌਬਸ ਕਹਿੰਦੇ ਇਸ ਤੇ ਵਿੱਚ ਜਿਹੜੀਆਂ ਗਵਰਨਮੈਂਟ ਦੇ ਨਾਲ ਰਿਲੇਟਡ ਜਿਹੜੀਆਂ ਉਹ ਜਿਹੜੀਆਂ ਹੋ ਸੀਗੀਆਂ ਸੋ ਆ ਮੈਨੂਫੈਕਚਰਿੰਗ ਦੇ ਵਿੱਚ ਵੀ 27000 ਜੌਬਸ ਕੰਸਟਰਕਸ਼ਨ ਚ 11000 ਰੀਟੇਲ ਦੇ ਵਿੱਚ ਜਿਹੜੀਆਂ ਆ ਕਹਿੰਦੇ ਆ ਬੀ ਤੇ ਯੂਟਿਲਿਟिज ਦੇ ਵਿੱਚ ਘਟੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਆ ਉਹ ਕਟੌਤੀ ਜਿਹੜੀ ਉਹ ਹੋਈ ਹੈਗੀ ਆ ਪਰ ਓਵਰਆਲ ਜੌਬ ਮਾਰਕੀਟ ਨੂੰ ਦੇਖਦੇ ਹੋਏ ਅਨਪਲੋਇਮੈਂਟ ਰੇਟਸ ਨੂੰ ਜਿਹੜਾ ਉਹ ਦੇਖਦੇ ਹੋਏ ਅੱਜ ਆਪਾਂ ਸਟਾਕ ਮਾਰਕੀਟ ਦੇ ਵਿੱਚ ਵੱਡੇ ਉਛਾਲ ਜਿਹੜੇ ਆ ਉਹ ਦੇਖ ਰਹੇ ਹੈਗੇ ਆ ਅਗਲੀ ਖਬਰ ਸਿਹਤ ਦੇ ਨਾਲ ਸੰਬੰਧਿਤ ਆ ਇਹ ਜਿਹੜੀ ਖਬਰ ਆ ਬੋਸਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਵੱਲੋਂ ਆ ਰਹੀ ਆ ਕਹਿੰਦੇ ਭਈ ਜਿਹੜਾ 1/3 ਸਟ੍ਰੋਕ ਹੁੰਦੇ ਹੈਗੇ ਆ ਬੰਦੇ ਨੂੰ ਪੇਸ਼IENTS ਨੂੰ ਉਹ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਹੁੰਦੇ ਆ ਅਮਰੀਕਨ ਹਾਰਟ ਐਸੋਸੀਏਸ਼ਨ ਦੀ ਰਿਪੋਰਟ ਆ ਕਹਿੰਦੇ ਭਈ ਨਾਰਮਲ ਜਿਹੜਾ ਆ ਉਹ 120 ਤੇ 180 ਦੇ ਕਰੀਬ ਹੋਣਾ ਚਾਹੀਦਾ ਆ ਪਰ ਇਹਦੇ ਨਾਲੋਂ ਵੀ ਜ਼ਿਆਦਾ ਜਿਹੜਾ ਖਤਰਨਾਕ ਕਹਿੰਦੇ ਭਈ ਜਿਹੜੀ ਨਵੀਂ ਸਟੱਡੀ ਫਾਈਂਡ ਹੋਈ ਆ ਭਈ ਜੇ ਤੁਸੀਂ ਹਰ ਰੋਜ਼ ਇੱਕ ਡਾਈਟ ਸੋਡਾ ਪੀਂਦੇ ਆ ਉਦੇ ਨਾਲ ਤੁਹਾਡੇ ਸਟ੍ਰੋਕ ਹੋਣ ਦਾ ਰਿਸਕ ਆ ਟ੍ਰਿਪਲ ਹੋ ਜਾਂਦਾ ਤਿੰਨ ਟਾਈਮ ਜ਼ਿਆਦਾ ਹੋ ਜਾਂਦਾ ਹੂੰ ਜੀ ਜੀ ਬਿਲਕੁਲ ਫ੍ਰੈਜਨੋ ਸਿਟੀ ਜਿਹੜੀ ਆ 35 ਮਿਲੀਅਨ ਰੈਂਟ ਰੀਲੀਫ ਤੇ ਲਈ ਜਿਹੜਾ ਉਹ ਵੰਡਣ ਜਾ ਰਹੀ ਹੈਗੀ ਆ ਸੋ ਜਿਹੜੇ ਜਿਹੜੇ ਵੀ ਲੱਗਦਾ ਹੈ ਵੀ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੈਗੀ ਆ ਉਹ ਫ੍ਰੈਜਨੋ ਸਿਟੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਇਸ ਦੇ ਲਈ ਜਿਹੜੇ ਦਸਤਾਵੇਜ਼ ਆ ਉਹ ਆਪਣੇ ਭਰ ਸਕਦੇ ਹੈਗੇ ਨੇ ਸੋ 35 ਮਿਲੀਅਨ ਡਾਲਰ ਜਿਹੜੇ ਇਹਨਾਂ ਨੇ ਰੈਂਟ ਰੀਲੀਫ ਦੇ ਵਿੱਚ ਜਿਹੜੇ ਆ ਉਹ ਵੰਡਨੇ ਹੈਗੇ ਆ ਆਲਰੇਡੀ ਕੈਲੀਫੋਰਨੀਆ ਨੇ ਤਾਂ ਆਪਣੇ ਵੱਲੋਂ ਜਿਹੜੀ ਐਕਸ਼ਨ ਮੋਰੀਟੋਰੀਅਮ ਉਸ ਦੇ ਵਿੱਚ ਖਾਸ ਜਿਹੜੇ ਆ ਜਿਹੜੇ ਸੁਰਤਾਂ ਦੇ ਵਿੱਚ ਉਸ ਨੂੰ ਜਿਹੜਾ ਉਹਨਾਂ ਨੇ ਐਕਸਟੈਂਡ ਜਿਹੜਾ 2 ਮਹੀਨੇ ਦੇ ਲਈ ਕੀਤਾ ਹੈਗਾ ਆ ਸੋ ਜਿਨ੍ਹਾਂ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਆਪੋ ਆਪਣੀ ਸਿਟੀ ਦੀ ਜਾਂ ਕਾਉਂਟੀ ਦੀ ਜਿਹੜੀ ਆ ਵੈਬਸਾਈਟਸ ਆ ਉਸ ਦੇ ਉੱਤੇ ਜਿਹੜਾ ਇਨਫੋਰਮੇਸ਼ਨ ਆ ਉਸ ਨੂੰ ਸਾਂਝੇ ਕਰੋ ਇੱਕ ਹੋਰ ਚੀਜ਼ ਜਿਹੜੀ ਆਪਣੇ ਦੱਸ ਚਾਹੀਏ ਵੀ ਰਾਈਟ ਨਾਓ ਐਜੂਕੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਸਟੂਡੈਂਟ ਲੋਨਸ ਆ ਉਹਨਾਂ ਨੂੰ ਮਾਫੀਆ ਦੇ ਸੰਬੰਧ ਦੇ ਵਿੱਚ ਕਹਿੰਦੇ ਬਹੁਤ ਵੱਡੇ ਸਕੈਮ ਜਿਹੜੇ ਉਹ ਚੱਲ ਰਹੇ ਹੈਗੇ ਆ ਉਹਨਾਂ ਤੋਂ ਭਾਈ ਜਿਹੜਾ ਉਹ ਬਚ ਕੇ ਰੋ। ਅ ਕਈ ਜਿਹੜੀਆਂ ਨਿਊਜ਼ ਆਈਆਂ ਸੀਗੀਆਂ ਵੀ ਇਸ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਸੀਮਤ ਥਾਵਾਂ ਦੇ ਉੱਤੇ ਜਿਹੜੇ ਲੋਨਸ ਆ ਉਹਨਾਂ ਨੂੰ ਮਾਫ ਜਿਹੜਾ ਉਹ ਕੀਤਾ ਗਿਆ ਡਿਪੈਂਡ ਕਰਦਾ ਵੀ ਕਿੱਥੇ ਆ ਕਿਹੜੇ ਕਾਲਜ ਦੇ ਨਾਲ ਸੰਬੰਧਿਤ ਜਿਹੜੇ ਉਹ ਸੀਗੇ ਯੂ ਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਦੁਆਰਾ ਪਰ ਕਹਿੰਦੇ ਵੀ ਲੋਕਾਂ ਨੂੰ ਜਿਹੜੇ ਜਿਹੜੇ ਸਟੂਡੈਂਟ ਲੋਨ ਆ ਅੱਜ ਕੱਲ ਦਾ ਜਿੰਨੂੰ ਵੀ ਕਾਲ ਕਰ ਲੋ ਹਰ ਇੱਕ ਦਾ ਸਟੂਡੈਂਟ ਲੋਨ ਕੋਈ ਨਾ ਕੋਈ ਜਿਹੜਾ ਉਹ ਹੁੰਦਾ ਆ ਤੇ ਕਹਿੰਦੇ ਵੀ ਉਹਨਾਂ ਨੂੰ ਸਕੈਮ ਦੇ ਰੂਪ ਦੇ ਵਿੱਚ ਯੂ ਐਸ ਡਿਪਾਰਟਮੈਂਟ ਆਫ education ਵੱਲੋਂ ਇਦਾਂ ਉਹਨਾਂ ਨੂੰ ਕਾਲ ਆ ਰਹੀ ਆ ਵੀ ਹਾਂਜੀ ਜੀ ਅਸੀਂ ਤੁਹਾਨੂੰ ਕਾਲ ਕਰ ਰਹੇ ਹਾਂ ਇਹ ਪਬਲਿਕ ਸਰਵਿਸ ਪ੍ਰੋਗਰਾਮ ਚੱਲ ਰਿਹਾ ਆ ਤੇ ਅਸੀਂ ਜਿਹੜੀ ਲੋਨ ਫਰਗੀਵਨੈਸ ਤੁਹਾਡੇ ਲੋਨ ਆ ਉਹਨਾਂ ਨੂੰ ਮਾਫ਼ ਜਿਹੜਾ ਕਰਾਂਗੇ ਸੋਸਾਇਟੀ ਸਿਕਿਉਰਟੀ ਨੰਬਰ ਬੈਂਕ ਅਕਾਊਂਟ ਨੰਬਰ ਉਹ ਸਾਰੀਆਂ ਚੀਜ਼ਾਂ ਕਹਿੰਦੇ ਵੀ ਉਹ ਫੋਨ ਦੇ ਉੱਤੇ ਮੰਗ ਲੈਂਦੇ ਆ ਤੇ ਫਿਰ ਉਹਨਾਂ ਨੂੰ ਇਹ ਆ ਦਿੰਦੇ ਆ ਵੀ ਤੁਹਾਡੀਆਂ 60 ਪੇਮੈਂਟਾਂ ਜਿਹੜੀਆਂ ਜੀ ਅਸੀਂ ਕਰ ਦੇਣੀਆਂ ਨੇ ਮਾਫ ਤੇ ਫਿਰ ਕਹਿੰਦੇ ਵੀ ਪਤਾ ਤਾਂ ਉਹਨਾਂ ਨੂੰ ਉਦੋਂ ਲੱਗਦਾ ਵੀ ਜਦੋਂ ਖਾਤੇ ਦੇ ਵਿੱਚੋਂ ਪੈਸੇ ਜਿਹੜੇ ਆ ਫੁਰ ਜਿਹੜੇ ਉਹ ਹੋ ਜਾਂਦੇ ਆ ਤੇ ਕੰਮ ਜਿਹੜੀ ਆ ਉਹ ਕੰਮ ਜਿਹੜਾ ਉਹ ਖਰਾਬ ਆ ਉਹ ਹੋ ਜਾਂਦਾ ਐ ਸੋ ਭਾਈ ਇਸ ਸਕੈਮਾ ਦੇ ਵਿੱਚ ਜਿਹੜਾ ਉਹ ਨਾਂ ਫਸਟ ਜੀਓ ਜਿਹੜੇ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਇਦਾਂ ਦਾ ਕੋਈ ਪ੍ਰੋਗਰਾਮ ਹੋਵੇ ਜਿਹੜੀਆਂ ਅਧਿਕਾਰਤ ਵੈਬਸਾਈਟਸ ਹੁੰਦੀਆਂ ਆ ਜ਼ਿਆਦਾਤਰ ਉਹਨਾਂ ਦੇ ਪਿੱਛੇ .gov ਜਿਹੜਾ ਗਵਰਨਮੈਂਟ ਵਾਲੀ ਵੈਬਸਾਈਟ ਜਿਹੜੀ ਹੁੰਦੀ ਆ ਉਹਦੇ ਤੇ ਜਾ ਕੇ ਜਿਹੜੀ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਉਹ ਚੈੱਕ ਕਰਿਓ ਆਦਰਵਾਇਜ਼ ਜਿਹੜਾ ਨੁਕਸਾਨ ਜਿਹੜਾ ਉਹ ਤੁਸੀਂ ਆਪਣਾ ਕਰਵਾ ਬੈਠੋਗੇ ਤੇ ਜੀ ਤੇ ਹਜੋ ਸਿੰਘ ਜੀ ਸਮਾਂ ਵੀ ਆਪਣੇ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈਗਾ ਆ ਤੇ ਮਿਲਦੇ ਹਾਂ ਜੀ ਆਪਾਂ ਆਪਣੇ ਸਾਰੇ ਸੋਤਿਆਂ ਨੂੰ ਜਿਹੜਾ ਜੀ ਫਿਰ ਅਗਲੀ ਵਾਰ ਉਹ ਤੱਕ ਲਈ ਇਜਾਜ਼ਤ ਲੈਨੇ ਆ ਮੈਨੂੰ ਰਾਜਕੰਬੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ ਸਾਡੇ ਦੋਨੋਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸ਼ੁਕਾਲ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ ਯੂਐਸ